ਪਿਛਲੇ ਬੰਨੇ ਦਾ ਕਿਹੜੀ ਗੱਲ ਹੈ, ਇਹਨੇ ਜਿੱਦੀ ਗਿਆ ਜ਼ੋਰ ਨਾਲ ਬੰਨਾ ਲਲਕਾਰੇ ਮਾਰ ਮਾਰ ਕੇ ਫੀਤਾ ਲਿਆ ਲਿਆ ਕੇ ਦਿੱਤਾ ਤੇ ਦਿੱਤਾ 1.5 ਫੁੱਟ ਬਾਹਰ ਨਿਸ਼ਾਨੀ ਪੁੱਤਰ ਹੁਣ ਕੁਝ ਬੰਦੇ ਆਉਂਦੇ ਨੇ ਬੁਰੇ ਨਾ ਕਿੱਲੀ ਅੱਗੇ ਨੀ ਕੀਤੀ, ਮੈਂ ਉਹ ਕਿੱਲੀ ਤੇ ਉਹ ਨਿਸ਼ਾਨੀ ਤੇ ਰੱਖੋ ਤੇ ਕਿੱਲੀ ਦਾ ਛੜੇਗੀ ਤੁਹਾਨੂੰ ਪਰ ਅੱਗੇ ਹੋਈ ਕਿ ਨਹੀਂ ਹੋਈ, ਜਦੋਂ ਇਹਦੇ ਤੇ ਨਾ ਆਏਗੀ ਤੇ ਕਿੱਲੀ ਅੱਗੇ ਹੋਏਗੀ, ਮਤਲਬ ਬੰਨਾ ਤੇ ਐਸ ਰੁਕ ਨੂੰ ਜਾਂਦਾ ਤੇ ਇੱਥੇ ਇੱਥੇ ਐਸ ਰੁਕ ਨੂੰ ਹੋ ਗਿਆ, ਕਿੱਲੀ ਫਿਰ ਅੱਗੇ ਹੀ ਹੋਈ ਨਾ ਦੌੜ ਜਿਹੜਾ ਨਾਲ ਨੀ ਨਿਸ਼ਾਨੀ ਇਧਰ 2 ਇੰਚੀਆਂ ਉਹ ਤਰੇੜ ਤੂੰ ਨਿਸ਼ਾਨਾ ਨੀ ਲੱਗਦਾ ਤੇ ਮੈਂ ਅੱਖ ਬੈਠਾ ਮੈਂ ਪੁੱਤਰ ਇਸ ਬੰਨੇ ਤੇ ਜੇ ਏਡਾ ਜ਼ੋਰ ਦਿੰਦਾ ਤੇ ਫਿਰ ਉਹ ਮੇਰੇ ਦੋਵੇਂ ਬੰਨੇ ਬਰਬਾਦ ਕੀਤੇ, ਰੂੜੀ ਲਾ ਲਾ ਕੇ ਤੇ ਉਹ ਵੀ ਸਾਫ਼ ਕਰ ਛੱਡੋ ਤੇ ਆਉਂਦਾ ਤੂੰ ਨਹੀਂ ਵਾਇਆ ਦਾ ਉਧਰ ਤੂੰ ਨਹੀਂ ਵਾਇਆ ਦਾ ਮੈਂ ਕਿਹੜਾ ਵਾਇਆ ਦਾ ਲੜਨਾ ਹੋਵੇ ਤੇ ਮੈਂ ਚੁੱਪ ਕਰ ਗਿਆ, ਮੈਂ ਭਰਾ ਮੈਂ ਕੁਝ ਵੀ ਨਹੀਂ ਭਾਵੇਂ ਵਾਇਆ ਦਾ ਤੇ ਵਾਇਆ ਦਾ ਮੈਨੂੰ ਪਤਾ ਨਾ ਆਪਣੀ ਆਦਤ ਦਾ, ਮੈਂ ਮੈਂ ਨੇੜੇ ਹੋ ਗਿਆ ਤੇ ਮੈਂ ਕੱਢ ਮਾਰਨੀ ਇਹਨੂੰ ਤੇ ਕੰਮ ਖਰਾਬ ਹੋ ਜਾਂਦਾ ਤੇ ਗੱਲ ਨਹੀਂ ਚੰਗੀ ਹੁੰਦੀ ਇਹਦੀ ਛੇਤੀ ਤੇ ਸਬਰ ਕਰਨਾ ਚਾਹੀਦਾ, ਸਬਰ ਕਰਕੇ ਭਰਾ ਬਹਿ ਰਿਹਾ ਸ਼ਾਹਦ ਨਾ ਕਾਹਲੀ ਚੱਕਰ ਪਾਣੀ ਲਾਇਆ ਬਹਿਣੀ ਦਾ ਤੇ ਕਦੇ ਨਾ ਕਦੇ ਲੋੜ ਪਏ ਤੇ ਮੈਂ ਲਾ ਲਾ ਇੱਥੋਂ ਲੱਗ ਕੇ ਸਾਰੇ ਬੰਦੇ ਮਹੱਲੇ ਦੇ ਦੱਸਣ ਦੇ ਭਾਈ ਇੱਥੋਂ ਲੱਗ ਕੇ ਤੇ ਤੋੜ ਮੈਂ ਆਪਣੇ ਗੋਹੇ ਚੱਕਰ ਬਹਿ ਸਾਫ਼ ਕਰ, ਮੈਂ ਆਪੇ ਵੇਖੀ ਹੈ ਇਹ ਮੈਨੂੰ ਆਉਂਦੇ ਰਹਿੰਦੇ ਪੁੰਡ ਪਾਰਟੀ ਨੂੰ ਕਰਦਾ ਮੇਰਾ ਕਿਹੜਾ ਪਿੱਛੇ ਸਾਰੇ ਪਾਣੀ ਕਦੀ ਨਾ ਕਦੀ ਤੂੰ ਲਾ ਲੈਂਦਾ ਕਰਨ ਕੀਤੀ ਬਹਿਣੀ ਸਾਫ਼ ਗਫੂਰ ਨੇ ਵੀ ਕਦੀ ਕਿਤੇ ਲਾਇਆ ਸਾਰੇ ਪਿੰਡ ਦੀ ਦਾਲੀ ਸਾਫ਼ ਕਰ ਲੰਘਣਾ ਆਪਣੇ ਕਰਨ ਡਿਆ ਆਪਣੇ ਵਾਸਤੇ ਡਿਆ ਕਰਨ ਮੈਂ ਉੱਥੇ ਆਪਣੇ ਵਾਸਤੇ ਕਰ ਮੈਂ ਆਪਣੇ ਵਾਸਤੇ ਵੀ ਕਰਦਾ ਸਾਰਿਆਂ ਦੀ ਕਰਦਾ ਸਾਰਿਆਂ ਦੀ ਕਰਦਾ ਹੀ ਆ ਤੁਹਾਡਾ ਬੰਦੇ ਨਾ ਪਿੱਛੋਂ ਤੇ ਫਿਰ ਤੇ ਗੱਲ ਕਰੋ ਕਿੱਥੇ ਕਿਤੇ ਨੀਵਾਂ ਹੁਣ ਇੰਨੀ ਇੰਨੀ ਚੜ ਗਈ ਨੀ ਮਿੱਟੀ ਉਰਲੇ ਪਾਸੇ ਪਾਣੀ ਖਲੋਤਾ ਉਹ ਪਾਣੀ ਪਰਾਂ ਨੂੰ ਨਹੀਂ ਜਾਣ ਦਿੰਦੀ ਉਹ ਅਵਲ ਤੇ ਚਾਹੀਦਾ ਹੀ ਨੀ ਇੱਥੇ ਮੋਟਰ ਜਿੱਥੇ ਮੋਟਰ ਲੱਗੀ ਦੀ ਹੈ ਨਾ ਨਾ ਹੋਦੀ ਉੱਥੇ ਬਾਹਰ ਚਾਹੀਦੀ ਹੈ ਤੇ ਨਾ ਮੋਟਰ ਚਾਹੀਦੀ ਉੱਥੇ ਗਲਤ ਕੰਮ ਕੀਤਾ ਮੋਟਰ ਲਵਾਉਣੀ ਸੀ ਨਾ ਜਿਹੜੀ ਨਾਲ ਦੇ ਭਾਈ ਵਾਲ ਭੈਣ ਭਰਾ ਅੱਗੇ ਪਿੱਛੇ ਕਿਸੇ ਦੇ ਕੰਮ ਨਹੀਂ ਆਉਂਦੀ ਇੱਥੇ ਲਵਾਉਂਦਾ ਕਿਸੇ ਵੇਲੇ ਮੇਰਾ ਬੰਦ ਹੋ ਜਾਂਦਾ ਉਦੋਂ ਮੈਂ ਲਾ ਲੈਂਦਾ ਇੱਕ ਮਿੰਟ ਭਾਵੇਂ ਮੈਂ ਇਹਨਾਂ ਕੋਲ ਮੁੱਲ ਲੈਂਦਾ ਜਾਂ ਮੈਨੂੰ ਲੱਗਦਾ ਤਾਂ ਸਹੀ ਇਹਨਾਂ ਨੇ ਅੰਦਰ ਜਾਗ ਲਵਾਇਆ ਤੇ ਡੰਗਰ ਵੇਖ ਇਹਨਾਂ ਦੇ ਪੁੱਬੀ ਜਾਂ ਜਾਂਦੇ ਪਾਊਡਰ ਖਾ ਦੇ ਸਾਰੇ ਪਾਊਡਰ ਲੱਗੇ ਸਾਰੇ ਨਿਸ਼ਾਈ ਹੱਡੀਆਂ ਹੋ ਜਾਣਾ ਇਹ ਹੁਣ ਰਗਵਾਲੀ ਕਰਦੀ ਪਈ ਹੈ ਗੱਲਾਂ ਕਰਦੀ ਪਈ ਹੈ ਅਗਲੇ ਦਿਨ ਮੈਂ ਘਰ ਗਿਆ ਇਹਨਾਂ ਦੇ ਇੱਕ ਦਿਨ ਆ ਗਿਆ ਮਸ਼ੀਨ ਤੇ ਐਵੇਂ ਫਿਰਦਾ ਫਿਰ ਛੋਟੀ ਏਡੀ ਕੱਚ ਫੜ ਛੱਡੀ ਜਿਵੇਂ ਗੋਇਆ ਪਾਗਲ ਹੁੰਦਾ ਤੇ ਹੈ ਮੇਜਰ ਜਦੋਂ ਮੈਂ ਬੂਹੇ ਚ ਆਇਆ ਨਾ ਤੇ ਇਹ ਵੇਖ ਕੇ ਤੇ ਜਾਗ ਮੈਨੂੰ ਆਉਂਦਾ ਐ ਮੋਟਰ ਕਿਹੜੇ ਬੰਦੇ ਲਾਈ ਗਿਆ ਕੀ ਨਾਂ ਉਰੇ ਅੱਛਾ ਜੀ ਮੈਂ ਚੱਲਦੀ ਹੈ ਨਾ ਉਦੋਂ ਬੰਦਾ ਆ ਜਾਏ ਤੇ ਐਂਜ ਮੈਂ ਆਖਿਆ ਪਰ ਯਾਰ ਉਹ ਐਵੇਂ ਗਲਤੀਆਂ ਲੱਗ ਗਈ ਦੀ ਆਉਂਦਾ ਗਲਤੀ ਨਾਲ ਕਿਉਂ ਲੱਗੀ ਦੀ ਹੈ ਉਹ ਮਸਲ ਬਹਿਣ ਉਹ ਤੇ ਸਿੱਧਾ ਹੋ ਗਿਆ ਅੱਗੇ ਆਉਂਦਾ ਕਿਉਂ ਗਲਤੀਆਂ ਲੱਗੀ ਸੀ ਐਦੀ ਬਹਿਣੀ ਰਾਤ ਨੂੰ ਗੱਡੀ ਅਸਲੇ ਦੀ ਆਉਂਦੀ ਇੱਧਰ ਨੂੰ ਲੈ ਕੇ
ਇੱਥੇ ਜਿਹਨੂੰ ਐਸ ਵੀ ਜੰਪ ਲੱਗਣਾ ਰਹਿਣਾ ਤੀਲਾ ਨਾ ਗੱਡੀ ਦਾ ਤੇ ਨਾ ਵਿੱਚ ਸਮਾਨ ਦਾ ਹੀ ਪਿੰਡ ਦਾ ਵੀ ਨਹੀਂ ਆਉਂਦਾ ਕਿਉਂ ਮਸਲੋ ਬੰਦਾ ਦੱਸਾਂ ਮੈਨੂੰ ਮੈਂ ਬੰਦਾ ਮੈਂ ਸਭ ਬੰਦਾ ਬੰਦਾ ਆਪਣਾ ਸਾਡਾ ਮੈਂ ਖੁਬੀ ਹੱਡ ਦਾ ਪੁੱਤਰ ਹੈ ਤੇ ਆਪਣਾ ਬੰਦਾ ਹੈ ਤੇ ਜਗ੍ਹਾ ਅੱਗੇ ਕੋਈ ਨੀ ਇਸ ਤਰ੍ਹਾਂ ਦੀ ਮੋਟਰ ਲਾਉਣ ਵਾਲੀ ਜਿਹੜਾ ਬੰਦਾ ਵੇਂਦਾ ਸੀ ਨਾ ਉਹਨੂੰ ਆਉਂਦਾ ਸੀ ਪਾਗਲ ਹੈ ਕੋਈ ਪਤਾ ਨੀ ਕੀ ਕਰਦਾ ਸ਼ਾਮ ਕੁਛ ਵੀ ਨੀ ਹੁੰਦਾ ਕੱਖ ਵੀ ਨੀ ਹੋ ਸਕਦਾ ਮਸਲਾ ਆਸਰਾ ਨੀ ਲੈਂਦੇ ਉਹ ਲੋਕੀ ਜਾਂਦੇ ਚੱਲ ਵਿਹੜਾ ਯਾਰ ਚਲੋ ਗੱਲ ਕਰੀ ਇੱਥੋਂ ਪੜ੍ਹਾਈ ਵੀ ਨੀ ਨਾ ਮੁੱਕੀ ਸਾਡੀ ਉਹ ਇੱਥੇ ਨੀ ਨਾਲੀ ਵਿੱਚ ਨਾ ਉਹ ਕਾਰ ਜਾ ਪਈ ਉਹਦੀ ਸਭ ਨੱਠ ਗਏ ਕੋਈ ਅੰਦਰੋਂ ਤੇ ਚੜ ਗਿਆ ਮੈਂ ਕਾਬੂ ਇਹ ਬੰਦਾ ਮੈਂ ਆਇਆ ਤੇ ਮੈਂ ਸ਼ਾਹ ਜੀ ਕੀ ਹੋ ਗਿਆ ਜੇ ਮੈਨੂੰ ਤਾਂ ਪਤਾ ਸੀ ਨਾ ਮੈਂ ਪੀਰ ਮੈਂ ਸ਼ਾਹ ਜੀ ਕੀ ਹੋ ਗਿਆ ਕਹਿੰਦਾ ਹੋਇਆ ਬੁਰੇ ਦੀ ਬੁੱਧੀ ਬਾਂਦੀ ਉਹ ਖੁੱਬ ਗੀਤ ਫਿਰ ਲਿਆਂਦਾ ਰੰਬਾ ਰੰਬਾ ਲਿਆ ਕੇ ਤੇ ਉਹ ਥੱਲੇ ਮਿੱਟੀ ਕੱਢੀ ਟਾਰਾਂ ਥੱਲੇ ਫਿਰ ਜੋੜੀਆਂ ਇੱਟਾਂ ਮੈਂ ਫੜ ਕੇ ਤੂੰ ਤਰਖਾਣਾ ਦੇ ਵਿਹੜੇ ਰਸਤਾ ਪਾਰ ਕਰ ਪਾ ਕੇ ਤੇ ਫਿਰ ਉੱਤੇ ਬੈਗ ਗੋਲ ਲਵਾ ਕੇ ਗੱਡੀ ਮਾਣ ਨਾ ਬੜਾ ਨਿਕਲ ਗਈ ਉਦੋਂ ਦੀ ਗੱਲ ਲੱਗਦੀ ਤੇਰੀ ਤਾਏ ਦੀ ਧੀ ਜਿਹੜੀ ਆ ਉੱਥੇ ਗੜਗੋਰੀ ਜੀ ਦੀ ਸ਼ਾਦੀ ਹੋਈ ਚੰਗੇ ਕੁੱਤੇ ਪਿੰਡ ਵਿਆਹ ਕਰ ਛੱਡਿਆ ਯਾਰ ਉਹਦੀ ਇੱਕ ਗੱਲ ਚਾਚਾ ਹੈ ਵੇ ਗਲਤੀ ਚਲੋ ਉਹਨਾਂ ਦੀ ਵੀ ਹੈ ਗਲਤੀ ਸਾਡੀ ਵੀ ਹੈ ਅਸੀਂ ਵੀ ਆਪਣਾ ਆਪਣਾ ਤਲਕ ਪਏ ਵੇਖਦੇ ਹਾਂ ਮਸਲਨ ਮੈਂ ਲਾਂਭੀ ਹੁੰਦੀ ਹੋਇਆ ਤੇ ਮੈਂ ਕੋਈ ਗੱਲ ਨੀ ਕਰਨੀ ਤੂੰ ਹੋਇਆ ਤੇ ਤੂੰ ਨੀ ਕਰਨੀ ਅਸੀਂ ਸਾਰੇ ਜਾਣੇ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਡਕੀਏ ਇਹਨਾਂ ਨੂੰ ਕਿਨੂੰ ਨਹੀਂ ਹੈ ਇਹਨਾਂ ਨੂੰ ਨੀ ਸਾਨੂੰ ਵੀ ਡੱਕੋ ਤੁਹਾਨੂੰ ਵੀ ਡੱਕੀਏ ਜਿਹੜਾ ਗਲਤ ਕਰੇ ਉਹਨੂੰ ਡੱਕੋ ਥੜੀ ਰਾਜ ਬਣਾ ਲਈ ਤੇ ਸਾਰੇ ਆ ਗਏ ਹਨ ਤੇ ਉਸੇ ਘੜੀ ਉਧਰੋਂ ਫੀਕੇ ਦੀ ਸੀ ਉਧਰੋਂ ਉਹਦੀ ਉਥੋਂ ਰੇਹੜੀ ਨਹੀਂ ਲੰਘਦੀ ਉਦੋਂ ਵੀ ਸਾਰੇ ਜੀ ਇਕੱਠੇ ਹੋ ਗਏ ਇਹਨਾਂ ਦੀ ਵੈਨੀ ਚ ਘੋਲ ਵੀ ਆਏ ਹਨ ਕਿਆ ਤੇ ਆ ਕਲਦਰ ਦੁਆ ਕਰੋ ਸਾਰੇ ਜਾਣੇ ਇਹਨੂੰ ਆ ਕੀ ਹੈਗੀ ਪਰ ਦੁਆ ਕਰ ਲੜੋ ਉਹਨਾਂ ਨੇ ਆਖਿਆ ਠੀਕ ਜੀ ਬਣਾ ਲਾਂਗੇ ਬੱਜਰੀ ਉੱਥੇ ਜੰਮ ਗਈ ਹੈ ਭੈਣ ਜੀ ਨਹੀਂ ਲਿਆਂਦੀ ਇਹ ਸਿਰਫ ਇੰਨੀ ਕੁ ਨਾਲੀ ਚਾਹੀਦੀ ਇਹਨਾਂ ਨੂੰ ਆਹੋ ਛੁੱਟੀਆਂ ਵੱਧਦੀਆਂ ਪਈਆਂ ਨੀ ਅੱਜ ਛੁੱਟੀਆਂ ਜਿਹੜੇ ਜਿਹੜੇ ਬਾਹਰੋਂ ਉਹਨਾਂ ਨੂੰ ਛੁੱਟੀ ਵਧਣ ਦੇ